ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ, ਅੱਜ ਗੱਲ ਕਰਨੀ ਜੀ ਆਪਾਂ ਮੱਕੀ ਬੀਜਣ ਦਾ ਸਹੀ ਟਾਈਮ ਅਤੇ ਤਰੀਕਾ, ਕਿਹੜੇ ਤਰੀਕੇ ਨਾਲ ਬੀਜੀ, ਜਿਹੜਾ ਝਾੜ ਜਿਹੜਾ ਵੱਧ ਮੱਕੀ ਦਾ ਨਿਕਲੇ, ਅਤੇ ਇਹਦੇ ਬਾਰੇ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ। ਸੋ ਮੱਕੀ ਬੀਜਣ ਦਾ ਹੁਣ ਜਿਨ੍ਹਾਂ ਦੀਆਂ ਸਭ ਪੈਲੀਆਂ ਵੇਲੀਆਂ ਸਬਜ਼ੀ ਵਾਲੀਆਂ ਹੋਈਆਂ ਵਾ, ਉਹ ਅਗਲੀ ਜਿਹੜੀ ਫਸਲ ਆ ਮੱਕੀ ਜਿਹੜੀ ਆ ਸਭ ਤੋਂ ਬੈਸਟ ਫਸਲ ਆ, ਅਤੇ ਇਸ ਵਾਰ ਮੱਕੀ ਦਾ ਏਰੀਆ ਵੀ ਬਹੁਤ ਘੱਟ ਲੱਗਾ ਵਾ ਅਤੇ ਰੇਟ ਵੀ ਜਿਹੜਾ ਇਹਦਾ ਚੰਗੇ ਰਹਿਣ ਦੇ ਜਿਹੜੇ ਚਾਂਸ ਹੈਗੇ ਆ। ਸੋ ਇਹਨੂੰ ਬੀਜਣ ਲੱਗਿਆਂ ਬੀਜਣ ਦਾ ਤਰੀਕਾ ਇਹੋ ਹੀ ਆ ਵੀ ਆਹ ਮਸ਼ੀਨ ਸਭ ਨੂੰ ਪਤਾ ਹੀ ਆ ਵੀ ਮਸ਼ੀਨ ਨਾਲ ਹੀ ਤੁਸੀਂ ਜਿਹੜੀ ਬੈੱਡਾਂ ਦੇ ਉੱਤੇ ਮੱਕੀ ਕੀ ਆਪਣੀ ਜਿਹੜੀ ਆ ਬੀਜੋ, ਅਤੇ ਖਾਦ ਪਾਉਣ ਲੱਗਿਆਂ ਕਜੂਸੀ ਨਾ ਕਰਿਓ, 2 ਬੋਰੀਆਂ 2.5 ਬੋਰੀਆਂ DAP ਜ਼ਰੂਰ ਥੱਲੇ ਪਾਓ, 2 ਬੋਰੀਆਂ ਕਮ ਸੇ ਕਮ ਜਿਹੜੀਆਂ ਵਾ ਇਹਨੂੰ ਆਪਾਂ ਜਿਹੜੀ DAP ਪਾਉਣੀ ਆ, ਅਤੇ ਜਿਹਦੇ ਨਾਲ ਇਹਦੀ ਚੰਗੀ ਥੱਲਿਓਂ ਗਰੋਥ ਹੋਊਗੀ। ਦੂਜੇ ਨੰਬਰ 'ਤੇ ਇਹਨੂੰ ਬੀਜਣ ਦਾ ਸਹੀ ਟਾਈਮ ਜਿਹੜਾ ਵਾ ਹੁਣ 15 ਫਰਵਰੀ ਤੋਂ ਬਾਅਦ ਦੇ ਵਿੱਚ ਜਿਹੜਾ ਇਹਦਾ ਟਾਈਮ ਜਿਹੜਾ ਸਟਾਰਟ ਹੋ ਜਾਂਦਾ ਅਸਲ, ਕਿਉਂਕਿ ਜਦੋਂ ਇਹਨੂੰ ਥੋੜ੍ਹੀ ਇਹਨੂੰ ਚਾਹੀਦੀ ਆ, ਇਹਦਾ ਦਾਣਾ ਸਖਤ ਹੁੰਦਾ ਵਾ, ਥੋੜ੍ਹੀ ਗਰਮੈਸ਼ ਚਾਹੀਦੀ ਆ ਜਿਹਦੇ ਨਾਲ ਇਹਨੇ ਦਾਣੇ ਨੇ ਜਿਹੜਾ ਇਹਦੇ ਨੇ ਉੱਗਣਾ ਵਾ। ਸੋ ਥੋੜ੍ਹੀ ਧੁੱਪ ਜਦੋਂ ਤੇਜ਼ ਹੋਵੇ ਮੌਸਮ, ਕਈ ਵਾਰ 15 ਫਰਵਰੀ ਤੱਕ ਵੀ ਠੰਡ ਪੈਂਦੀ ਜਾਂਦੀ ਹੁੰਦੀ ਆ, ਸੋ 15 ਫਰਵਰੀ ਤੋਂ ਵੀ ਥੋੜ੍ਹਾ ਗਾਂਹ ਲੈ ਜਾਈਏ ਤਾਂ ਵਧੀਆ ਜਿਹੜੀ ਇਹਦੀ ਜਿਹੜੀ ਆ ਉੱਗਣ ਦਾ ਜਿਹੜਾ ਵਾ ਵਧੀਆ ਉੱਗੂਗੀ। ਸੋ ਇਹਨੂੰ ਥੋੜ੍ਹੀ ਜਿਹੀ ਧੁੱਪ ਜਾਂ ਗਰਮੈਸ਼ ਚਾਹੀਦੀ ਹੁੰਦੀ ਆ ਉੱਗਣ ਲੱਗਿਆਂ, ਅਤੇ 15 ਫਰਵਰੀ ਤੋਂ ਬਾਅਦ ਦੇ ਵਿੱਚ ਖੁੱਲ੍ਹਾ ਟਾਈਮ ਹੀ ਅੱਗੇ ਜਿਸ ਤਰ੍ਹਾਂ ਜਿਹਨੂੰ ਤੱਕ ਮਰਜ਼ੀ ਆਪਾਂ ਇਹਨੂੰ ਬੀਜ ਸਕਦੇ ਹਾਂ। ਸੋ ਇਹੋ ਜਿਹੜੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣੀ ਸੀ। ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ ਜੀ। ਧੰਨਵਾਦ।